बोलो हालेलुया हालेलुया। स्वामी मसीह प्रभु के पवित्र वचन के वल जावांगे। सारे ने पूरा ध्यान लगा के प्रभु के पवित्र वचन को सुनना है। दूसरा पत्रस पहला अध्याय उसका दूसरा वचन पढ़ांगे और नाल ही मत्ती दी अंजील उसका दसवां अध्याय कढ़ांगे। सब ने पूरा ध्यान लगा के प्रभु के पवित्र वचन को सुनना है। परमेश्वर अते यीशु साडे प्रभु दे ज्ञान दे राही तुहाडे लई कृपा अते शांति वध तों वध हुंदी जावे। फिर दोबारा पढ़ांगे। परमेश्वर अते यीशु साडे प्रभु दे ज्ञान दे राही तुहाडे लई कृपा अते शांति वध तों वध हुंदी जावे। प्यारे अजीज भैणो, प्रभु प्रभु दा दास पत्रस जिहड़ा आ अपनी सैकंड पत्री दे विच बयान करदा है, परमेश्वर अते यीशु साडे प्रभु दे ज्ञान दे राही तुहाडे लई कृपा अते शांति वध तो वध हुंदी जावे। सब मिलके बोलांगे आमीन 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 आमीन। इत्थे प्रभु दा दास कृपा भी तुहाडे लई वध चाहुंदा आ ते शांति भी तुहाडे लई वध। अज हर एक घर हर परिवार और हर जिंदगी चाहता है कि मैं शांति प्राप्त करा, मेरे को शांति हो, शांति लेटा, शांति उठा, सब कुछ शांति 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 चाहते हैं ना। बोलो तो अज का विषय जोड़ा आ इस गल के उत्ते है कि साढ़े को शांति है। जे शांति है तो केड़ी शांति है? आमीन आमीन। प्रभु का दास कहता तुहाडे उत्ते कृपा ते शांति वध तो वध हुंदी जावे। ए डिमांड है, मांग है प्रभु दे बंदियां दी। प्रभु यीशु मसीह ने अपने चेलियां नूं कहा जिस घर विच जाओ उस घर दी की मंगो? शांति मंगो, सुख सलामती मंगो, शांति मंगो। प्रभु ने भी कहा शांति मंगो। ਆਪਾਂ ਦਸਵੇਂ ਅਧਿਆਇ ਦੇ ਜਦੋਂ 11ਵੇਂ ਵਚਨ ਤੋਂ ਦੇਖਦੇ ਹਾਂ ਤਾਂ ਉੱਥੇ ਦੱਸਿਆ ਗਿਆ, ਪ੍ਰਭੂ ਨੇ ਕਿਹਾ ਜਿਸ ਘਰ ਵਿੱਚ ਜਾਓ। ਮੈਂ ਚਾਹੁੰਦਾ ਪੜ੍ਹ ਦੇਵਾਂਗੇ ਉੱਥੇ। ਅਤੇ ਜਿਸ ਨਗਰ ਜਾਂ ਪਿੰਡ ਵਿੱਚ ਵੜੋ ਪੁੱਛੋ ਵੀ ਇੱਥੇ ਲਾਇਕ ਕੌਣ ਹੈ, ਅਤੇ ਜਿੰਨਾ ਚਿਰ ਨਾ ਕਰੋ ਉੱਥੇ ਹੀ ਟਿਕੋ। ਹਾਂਜੀ। ਪਰ ਹਰ ਘਰ ਵਿੱਚ ਵੜਦਿਆਂ ਉਹਦੀ ਸੁੱਖ ਮੰਗੋ, ਅਤੇ ਜੇ ਘਰ ਲਾਇਕ ਹੋਵੇ ਤੁਹਾਡੀ ਸ਼ਾਂਤੀ ਉਹਨੂੰ ਪਹੁੰਚੇ, ਪਰ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜਾਵੇ। ਪਿਆਰੇ ਅਜ਼ੀਜ਼ ਭੈਣੋ ਪ੍ਰਭੋ, ਜਦੋਂ ਅਸੀਂ ਯਸ਼ਾਇਆ ਦੀ ਪੁਸਤਕ ਪੜ੍ਹਦੇ ਹਾਂ ਉੱਥੇ 9ਵੇਂ ਅਧਿਆਇ ਦੇ 6ਵੇਂ ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ। ਆਮੀਨ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਕੀ ਆ? ਸ਼ਾਂਤੀ ਦਾ ਰਾਜਕੁਮਾਰ ਹੈ। ਹੁਣ ਜਦੋਂ ਯੋਹੰਨਾ 14ਵੇਂ ਅਧਿਆਇ ਵਿੱਚ ਜਾਂਦੇ ਹਾਂ 27ਵੇਂ ਵਚਨ ਦੇ ਵਿੱਚ प्रभु यीशु मसीह कहते हैं मैं तुहानू अपनी शांति दे। आमीन। प्रभु यीशु जी कहते हैं मैं तुहानू अपनी शांति दे दूंगा। अजिही शांति नहीं जिहड़ी संसार दिंदा है, अपनी शांति। बोलो कि शांति? क्यों? क्योंकि वह शांति का गुल सरे ਜਸ਼ਾਇਆ 9 ਦੀ 6 ਦੇ ਅਨੁਸਾਰ ਉਹ ਕੀ ਹੈ? ਸ਼ਾਂਤੀ ਦਾ ਰਾਜਕੁਮਾਰ। ਔਰ ਪ੍ਰਭੂ ਯੋਹੰਨਾ 14 ਦੇ 27 ਚ ਬੋਲਦੇ ਮੈਂ ਤੁਹਾਨੂੰ ਆਪਣੀ ਸ਼ਾਂਤੀ ਦੇ ਜਾਂਦਾ ਹਾਂ। ਪਿਆਰੇ ਅਜ਼ੀਜ਼ ਭੈਣਾਂ ਦੇ ਪ੍ਰਭੂ ਫਿਰ ਆਪਣੇ ਚੇਲਿਆਂ ਨੂੰ ਕਿਹਾ ਉਸ ਘਰ ਵਿੱਚ ਜਾਓ, ਪਹਿਲਾਂ ਪਿੰਡ ਚ ਪੁੱਛੋ ਲਾਇਕ ਕੌਣ ਆ, ਪੁੱਛੋ ਪਿੰਡ ਦੇ ਵਿੱਚ ਲਾਇਕ ਕੌਣ ਆ, ਉੱਥੇ ਟਿਕੋ। ਇੱਕ ਗੱਲ 11ਵੀਂ ਐਤ ਵਿੱਚ ਲਿਖਿਆ ਕਿ ਪੁੱਛੋ ਲਾਇਕ ਕੌਣ ਆ, ਉੱਥੇ ਟਿਕੋ। ਫਿਰ ਕਹਿੰਦਾ ਉਸ ਘਰ ਵਿੱਚ ਵੜਦੇ ਆ ਸਾਰੋ ਦੀ ਕੀ ਮੰਗੋ? ਸੁੱਖ ਮੰਗੋ। ਫਿਰ 13ਵੀਂ ਐਤ ਵਿੱਚ ਬੋਲਿਆ ਜੇ ਉਹ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉੱਥੇ ਉਹਨੂੰ ਪਹੁੰਚ। ਅੱਜ ਕਿੰਨੇ ਆ ਜਿਹੜੇ ਪ੍ਰਭੂ ਦੇ ਦਾਸਾਂ ਨੂੰ ਆਪਣੇ ਘਰੇ ਬੁਲਾਉਂਦੇ ਆ, ਔਰ ਉਹਨਾਂ ਦੇ ਵਿੱਚ ਕਿੰਨਿਆਂ ਦੇ ਕੋਲ ਸੱਚੀ ਉਹਨਾਂ ਨੂੰ ਕੋਲ ਸ਼ਾਂਤੀ ਆਉਂਦੀ ਆ ਔਰ ਉਹਨਾਂ ਦੇ ਕੋਲ ਠਹਿਰਦੀ? ਇਹ ਸਵਾਲ ਹੈ ਕਿ ਕਿੰਨੇ ਆ ਤੁਹਾਡੇ ਵਿੱਚ ਜਿਨ੍ਹਾਂ ਦੇ ਕੋਲ ਸ਼ਾਂਤੀ ਹੈਗੀ ਆ? ਜੇ ਹੈਗੀ ਆ ਤਾਂ ਕਿਹੜੀ ਆ? ਪ੍ਰਭੂ ਨੇ ਕਿਹਾ ਉਹ ਉਦਾਂ ਦੀ ਸ਼ਾਂਤੀ ਨਹੀਂ ਜਿਹੜੀ ਸੰਸਾਰ ਦਿੰਦਾ। ਪਹਿਲਾਂ ਤਾਂ
ਬਣ ਕੇ ਸ਼ਾਂਤੀ ਕਿਹੜੀ ਸ਼ਾਂਤੀ ਦੀ ਗੱਲ ਕੀਤੀ ਹੈ ਹਾਲੇਲੂਇਆ ਇੱਕ ਉਹ ਸ਼ਾਂਤੀ ਆ ਵੀ ਬੱਚਾ ਰੋਂਦਾ ਆ ਉਹਨੂੰ ਗੁਰਦੁਆਰੇ ਲੈ ਦਿਓ ਕੀ ਹੋ ਜੂਗਾ ਉਹ ਹਾਂ ਸ਼ਾਂਤ ਹੋ ਜੂਗਾ ਬੋਲੋ ਕੀ ਹੋ ਜੂਗਾ ਘਰ ਦੇ ਵਿੱਚ ਜਵਾਨ ਬੱਚੇ ਆ ਮੈਂ ਮੋਬਾਈਲ ਲੈਣਾ ਮੈਂ ਆਹ ਲੈਣਾ ਮੈਂ ਇਹ ਲੈਣਾ ਉਹ ਲੈਣਾ ਜਿੱਦ ਕਰਨ ਡਿਆ ਆ ਲੜਾਈ ਝਗੜਾ ਪੂਰਾ ਛਿੜਿਆ ਹੋਇਆ ਮਾਂ ਬਾਪ ਉਹਦੀ ਲੋੜ ਪੂਰੀ ਕਰ ਦਿੰਦੇ ਆ ਕੀ ਹੋ ਗਈ ਸ਼ਾਂਤੀ ਹੋ ਗਈ ਸ਼ਰਾਬੀ ਚੰਗਾ ਪੀ ਕੇ ਬੜਕਾ ਮਾਰਨ ਡਿਆ ਆ ਪਤੇ ਆਪ ਨਹੀਂ ਹੋ ਕੇ ਸਲਾਹ ਦਿੰਦੇ ਮੰਜੇ ਤੇ ਪਾ ਦਿੰਦੇ ਆ ਕੀ ਹੋ ਗਈ ਸ਼ਾਂਤੀ ਘਰ ਚ ਚੰਗਾ ਲੜਾਈ ਝਗੜਾ ਇੱਕ ਦੂਸਰੇ ਨੂੰ ਚੁੱਪ ਕਰਾ ਰਹੇ ਆ ਸ਼ਾਂਤੀ ਆ ਕੀ ਇਹਨੂੰ ਸ਼ਾਂਤੀ ਕਹਿੰਦੇ ਆ ਇਹ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਣਾ ਘਰ ਚ ਸਿਸਟਮ ਤੁਹਾਡੇ ਮੁਤਾਬਕ ਹੋ ਗਿਆ ਉਦਾਹਰਨ ਦੇ ਤੌਰ ਤੇ ਜੋ ਤੁਸੀਂ ਕਹਿੰਦੇ ਹੋ ਘਰ ਚ ਓਦਾਂ ਹੀ ਹੁੰਦੀ ਆ ਤੁਸੀਂ ਸ਼ਾਂਤ ਹੋ ਕੀ ਇਹ ਸ਼ਾਂਤੀ ਹੈ ਜੋ ਤੁਸੀਂ ਕਹਿੰਦੇ ਹੋ ਉਹੀ ਘਰ ਚ ਪੂਰਾ ਹੋ ਰਿਹਾ ਆ ਫਿਰ ਘਰ ਚ ਸ਼ਾਂਤੀ ਆ ਇਹ ਸ਼ਾਂਤੀ ਨਹੀਂ ਗੀ ਸ਼ਾਂਤੀ ਅਲੱਗ ਚੀਜ਼ ਆ ਸ਼ਾਂਤੀ ਦੀ ਪਰਿਭਾਸ਼ਾ ਅਲੱਗ ਹੈ ਸ਼ਾਂਤੀ ਅਸਲ ਵਿੱਚ ਇਹ ਆ ਕਿ ਬਾਹਰਲੀ ਪਰਿਸਥਿਤੀ ਤੁਹਾਡੇ ਵਿਪਰੀਤ ਹੈ ਹਾਲਾਤ ਤੁਹਾਡੇ ਉਲਟ ਆ ਪਰ ਅੰਦਰ ਇੱਕ ਪੀਸ ਆ ਅੰਦਰ ਇੱਕ ਕਾਹਲਾਪਨ ਨਹੀਂ ਅੰਦਰ ਉਤਾਵਲਾਪਨ ਨਹੀਂ ਤੁਹਾਡੇ ਉਲਟ ਹੋ ਰਿਹਾ ਬਾਹਰ ਕੁਛ ਇਹ ਬਾਹਰਲੀ ਸ਼ਾਂਤੀ ਆ ਇਸੇ ਕਰਕੇ ਪ੍ਰਭੂ ਕਹਿੰਦਾ ਉਹ ਸ਼ਾਂਤੀ ਨਹੀਂ ਜਿਹੜੀ ਸੰਸਾਰ ਕੋਲ ਆ ਬੱਚੇ ਨੂੰ ਟੈਲੀਵਿਜ਼ਨ ਲਾ ਦਿਓ ਉਹਨਾਂ ਦੇ ਮੁਤਾਬਕ ਨਾਟਕ ਲਾ ਦਿਓ ਸ਼ਾਂਤ ਹੋ ਗਿਆ ਵਿਦੇਸ਼ਾਂ ਦੇ ਵਿੱਚ ਆਮ ਤੌਰ ਤੇ ਬੜੀ ਗੱਲ ਦੇਖਣ ਨੂੰ ਮਿਲੀ ਬੱਚਿਆਂ ਨੇ ਮੋਬਾਈਲ ਵੀ ਫੜੇ ਆ ਮੋਹਰੇ ਵੱਡੀਆਂ ਸਕਰੀਨਾਂ ਵੀ ਲੱਗੀਆਂ ਜਿਹਦਾ ਉਹ ਟੈਲੀਵਿਜ਼ਨ ਬੰਦ ਕਰਤਾ ਤਾਂ ਨਿਆਣੇ ਰੋਣ ਲੱਗ ਪੈਂਦੇ ਆ ਤੇ ਉਹ ਚੱਲ ਰਿਹਾ ਕਾਰਟੂਨ ਸਿਸਟਮ ਚੱਲ ਰਿਹਾ ਤੇ ਬੱਚੇ ਇਹ ਸ਼ਾਂਤੀ ਨਹੀਂ ਗੀ ਟੈਂਪਰੇਰੀ ਆ ਇਹ ਸ਼ਾਂਤੀ ਨਹੀਂ ਹੈ ਜੋ ਜੇ ਚੀਜ਼ਾਂ ਦੇ ਆਦਾਨ ਪ੍ਰਦਾਨ ਨਾਲ ਮੰਨ ਲਓ ਵੀ ਤੁਹਾਡਾ ਤੁਹਾਡੀ ਕੋਈ ਮਦਦ ਕਰਦਾ ਤੇ ਤੁਸੀਂ ਬੜੇ ਖੁਸ਼ ਹੋ ਤੁਹਾਨੂੰ ਸ਼ਾਂਤੀ ਮਿਲ ਗਈ ਵੀ ਮੇਰੀ ਉਹਨੇ ਹੈਲਪ ਕਰ ਦਿੱਤੀ ਜੇ ਕਿਸੇ ਨੇ ਨਹੀਂ ਕੀਤੀ ਤਾਂ ਫਿਰ ਉਤਾਵਲੇਪਨ ਹੋ ਗਏ ਮੈਂ ਉਹਨੇ ਇੱਦਾਂ ਕੀਤੀ ਸੀ ਉਹਨੇ ਮੈਨੂੰ ਆਹ ਕਰ ਦਿੱਤੀ ਇਹ ਸ਼ਾਂਤੀ ਨਹੀਂ ਹੈ ਚੀਜ਼ਾਂ ਦੇ ਆਦਾਨ ਪ੍ਰਦਾਨ ਨੂੰ ਸ਼ਾਂਤੀ ਨਹੀਂ ਘਰ ਦਾ ਸਿਸਟਮ ਸਹੀ ਹੋ ਜਾਣਾ ਸ਼ਾਂਤੀ ਨਹੀਂ ਤੁਹਾਡੇ ਅਨੁਕੂਲ ਸਭ ਕੁਝ ਹੋ ਜਾਣਾ ਇਹ ਸ਼ਾਂਤੀ ਨਹੀਂ ਮਾਹੌਲ ਸ਼ਾਂਤ ਕਹਿ ਸਕਦੇ ਪਰ ਅਸਲੀ ਇੰਟਰਨਲ ਪੀਸ ਅੰਦਰਲੀ ਸ਼ਾਂਤੀ ਨਹੀਂ ਹਾਲੇਲੂਇਆ ਅੰਦਰਲੀ ਸ਼ਾਂਤੀ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਆਪਣੀ ਸ਼ਾਂਤੀ ਦੇ ਦਿੰਦਾ ਕੀ ਕਿਹਾ ਪ੍ਰਭੂ ਨੇ ਸਾਰੇ ਬੋਲੋ ਮੈਂ ਤੁਹਾਨੂੰ ਆਪਣੀ ਸ਼ਾਂਤੀ ਦੇ ਦਿੰਦਾ ਸੋਰੀ ਕੱਢਿਆ ਜੁਹਨਾ 14 ਦੀ 27 ਨੂੰ ਜੇ ਕੱਢਿਆ ਤਾਂ ਪਲੀਜ਼ ਪੜ੍ਹ ਦਿਓ 14 ਦੀ 27 ਚ ਪ੍ਰਭੂ ਨੇ ਕੀ ਗੱਲ ਕਹੀ ਹੈ ਮੈਂ ਤੁਹਾਨੂੰ ਆਪਣੀ ਸ਼ਾਂਤੀ ਜੁਹਨਾ ਜੋਨ ਚੈਪਟਰ 14 ਵਰਸ 27 ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ ਹਾਂ ਬੋਲੋ ਕਿਹੜੀ ਸ਼ਾਂਤੀ ਦਿੰਦਾ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ ਜਿਸ ਤਰ੍ਹਾਂ ਸੰਸਾਰ ਦਿੰਦਾ ਹੈ ਮੈਂ ਉਸ ਤਰ੍ਹਾਂ ਤੁਹਾਨੂੰ ਸ਼ਾਂਤੀ ਨਹੀਂ ਦਿੰਦਾ ਹਾਂ ਉਹ ਸ਼ਾਂਤੀ ਨਹੀਂ ਦਿੰਦਾ ਜਿਹੜੀ ਸੰਸਾਰ ਦਿੰਦਾ ਪਤਾ ਕਿਹੜੀ ਸ਼ਾਂਤੀ ਪ੍ਰਭੂ ਕੋਲ ਸੀ ਇੱਧਰ ਦੇਖੋ ਮੇਰੇ ਲਾ ਪ੍ਰਭੂ ਯਿਸੂ ਮਸੀਹ ਕੋਲ ਸ਼ਾਂਤੀ ਸੀ ਜਦੋਂ ਉਹਦੇ ਮੂੰਹ ਤੇ ਥੁੱਕਿਆ ਗਿਆ ਉਹਦੇ ਚਪੇੜਾਂ ਮਾਰੀਆਂ ਗਈਆਂ ਉਹਨੂੰ ਤਸ਼ੱਦਦ ਤੇ ਤਸੀਹੇ ਦਿੱਤੇ ਗਏ ਉਹਨੂੰ ਸ਼ਰਿਆਮ ਬੇਇੱਜ਼ਤ ਕੀਤਾ ਗਿਆ ਤੇ ਕਰੂਸ ਤੇ ਲਟਕਾਇਆ ਗਿਆ ਤੇ ਆਵਾਜ਼ ਨਿਕਲੀ ਆ ਉਹ ਆਵਾਜ਼ ਕਿਹੜੀ ਸੀ ਜਿਹੜੀ ਸ਼ਾਂਤੀ ਦੇ ਘੜੇ ਦੇ ਵਿੱਚੋਂ ਨਿਕਲਦੀ ਆ ਪਿਤਾ ਇਹਨਾਂ ਨੂੰ ਮਾਫ ਕਰ ਦੇ ਇਹ ਨਹੀਂ ਜਾਣਦੇ ਕਿ ਇਹ ਉਹ ਸ਼ਾਂਤੀ ਕਿ ਹਾਲਾਤ ਸਾਰੇ ਉਲਟ ਪਰਿਸਥਿਤੀਆਂ ਸਾਰੀਆਂ ਵਿਰੋਧੀ ਆ ਪਰ ਇੱਕ ਅੰਦਰ ਸਥਿਰਤਾ ਬਣੀ ਰਹਿਣੀ ਅੰਦਰੋਂ ਖੁਦਾ ਦੇ ਕਲਾਮ ਦੇ ਉੱਤੇ ਪੂਰੀ ਤਰ੍ਹਾਂ ਪਕੜ ਮਜ਼ਬੂਤ ਹੋ ਜਾਣੀ ਉਹਨੂੰ ਕਹਿੰਦੇ ਹੈ ਸ਼ਾਂਤੀ ਔਰ ਇਹ ਉਹਨੂੰ ਪਤਾ ਕਿੱਦਾਂ ਹੈ ਇਹ ਸ਼ਾਂਤੀ ਆਉਣੀ ਕਹਿੰਦਾ ਹੈ ਕਿਉਂ ਪ੍ਰਭੂ ਯਿਸੂ ਮਸੀਹ ਕੋਲ ਸ਼ਾਂਤੀ ਸੀ ਚੇਲਿਆਂ ਕੋਲ ਸ਼ਾਂਤੀ ਹੈਗੀ ਸੀਗੀ ਪਹਿਲਾਂ ਤਲਵਾਰ ਕੱਢ ਲਈ ਮਿੰਟ ਚ ਦੱਸੋ ਇਹ ਸ਼ਾਂਤੀ ਦਾ ਚਿੰਨ੍ਹ ਸੀ ਸਾਰੇ ਬੋਲੋ
चेले भज गए। भजना मुसीबत तो की है शांति का चिन्ह। सारे बोलो चेले क्यों भज गए? पत्रस ने तलवार क्यों कटी? ओदा रीजन सी कि उन्हां कोल शांति। तुसी एक प्रश्न करो कि कितना तुसी दावा करते हैं, सुनो क्यों नहीं सी? क्योंकि चेलियां दे कोल शांति इस करके नहीं सी। ओदा दूसरा पहलू दिखाना चाहना यीशु मसीह। यीशु मसीह कोल क्यों शांति सी? यीशु मसीह उतावले पंच क्यों नहीं आए? यीशु मसीह काले क्यों नहीं सी पहने? वो स्थिर क्यों सी? क्योंकि वो गत समी बाग दे विच एक गल कह चुके सी, मेरी मर्जी ने तू तेरी मर्जी। हालेलुया। की कह रहे सी? पर चेलियां तो हट के लिखिया ना बाइबल च लिखिया ढीम दी मारते, जिदा इत्थे चक ढीम सुट दियो काफी जिन्ना जोर लाओगे काफी दूर तक जाती है। और प्रभु परसनली प्रेयर दे विच जदो सी प्रार्थना की गई, खुदा की योजना उन्हें अपनी जिंदगी देखिया कि आने वाले समय च मेरे नाल की कुछ होने वाला है। जो देख रहे सी एक दर्शन के रूप में एक तशद्दद केहो जे चलने सी, ते अंदरों एक कराह निकली, अंदरों एक आवाज निकली, पिता ये हो सके, जे हो सके ता ये प्याला मेथों, पर मेरी मर्जी नहीं तेरी मर्जी पूरी। क्यों क्या था? क्योंकि योजना पिता दी नू यीशु मसीह जानदा सी। जदों सी पिता दी योजना को ठीक ढंग नाल पहचान लवांगे फिर साडे अंदर कालापन नहीं आऊगा। वचन दा प्रकाशन, दूसरे अल्फाज कहिए परमेश्वर दी योजना। आमीन। वचन दे प्रकाशन दा मतलब फिर बोलेंगे, वचन दे प्रकाशन का मतलब हाँ। मेरा तो प्रकाशन उतरिया असली प्रकाशन, असली प्रकाशन जे उतर आया तो फिर वो परमेश्वर की योजना ही है, इसके अलावा और कुछ भी नहीं। हालेलुया। कहते हो साडे तो प्रकाशन उतरिया लड़ाई हुआ पटाके पाउन तैयार रहते हैं, वो सही प्रकाशन नहीं उन्होंने उतरिया, उन्होंने अपनी मन दिया कल्पनावां हो सकती। एक गल मत्ती 10वें अध्याय जो असं गए हाँ 11वें अध्याय में प्रभु यीशु ने जिहड़ी गल चेलियां नूं कही, जिस नगर जां पिंड विच बड़ो पुछो भई इत्थे लायक ते फिर पुछ के गए होंगे पिंड च चंगा रसूख सी। इधर देखो पिंड च की सी चंगा? लोग कहते वह बड़ा लायक है, वह बड़ा भगत है, वह बड़ा। तो चेले कहते चलो फिर ठीक है, उन्होंने अपने घर भी उतारिया सब कुछ। पर प्रभु ने कहा जे लायक होवे तां असीं मनुखां दे अगे लायक हो सकते हैं, मनुखां दे अगे रब दे बंदियां दा आदर करन वाले हो सकते हैं, दुनिया दे विच असीं शो कर सकते हैं कि असीं अपने रब दे बंदियां नूं घरे उतारदे हैं, दुनिया दे अगे तुहाडी भगती शो हो सकदी है, पर रब तुहाडे अंदर दी हालत नूं जानदा है। रब तुहाडी अंदर दी हालत नूं जानदा है, इसलिए मेरे अजीज भैनों प्रभु खाली बाहरली लायकता नहीं, अंदरों कितना लायक है। हालेलुया। ये गल समझनी है। और प्रभु यीशु मसीह की शांति वो है कि जेड़ी परिस्थितियां जेड़े हालात तुहाडे उलट आ फिर भी उहदे विच प्रभु की योजना को समझ के स्टिल रहना, स्थिर रहना, बने रहना। आमीन। जोर दी बोलो हालेलुया। अयूब दी जिंदगी च उतरा चढ़ा आए, मित्रा ने भी बोलना शुरू किया, वह भी कई जगह से अपने दर्द के विच कराहया, रोया, बिलकिया, बद बोलिया, पर आखिर ते जाके वह अंदर एक गल आई, कहिंदा मैं जानता हूं, स्थिर हो गया। पत्नी नहीं जान सकी उस गल नूं, कहती फिटकार अपने रब नूं ते मर गया, पर वो योजना भी है कि मेरे उत्ते जे विपत आई है किसे खास वजह करके, कहिंदा चंगा चंगा रब तो लै लिए ते माड़ा
इस चिंता वाले वर्ड और मित्रा को कहता तो आधा ध्यान मेरी गली से सड़ी हुई चमड़ी दे आ पर कहता मैं जानता हूं नहीं अध्याय जो 25 दशक की वचन पढ़ दे उसे बयान करता कहता मैं जानता कि रोड को मेरा परमेश्वर ऐसी खाक दे उते आके खड़ा तो फिर 26 आयत में चोने पूछने कर दी कहता तो आधा ध्यान तो आधा ध्यान है मेरी देह दे उते आ जड़ी गल चुकी है पर कहता मैं जानता ये देह भावे एक दिन ये मास भावे मेरा रवे ते चाहे मेरी अखां मेरे सृजनहार नूं और देखणगीआं कहता कहता अपने हक च देखणगीआं मैं देखांगा कि मेरा परमेश्वर मेरे लिए गैर नहीं मेरे हक च खड़ा है जोर दी बोलो हालेलुया शांति प्रभु कहता वो शांति मैं अपनी शांति देख जाना अज वो शांति किन्या कोला जरा चेक कर लो वो शांति किन्या कोला चेक कर लो बहुत सारे खुदा के दास माफ करना कलाम जो तो सामने आता है तो उन्होंने समझना जरूरी है प्रभु का कलाम जिहड़ा सानूं यरमियाह दी पुस्तक च जदों मिलदा ना 34 अध्याय दे 13 वचन दे विच ते उत्थे प्रभु दा वचन कहिंदा लोक जिहड़े नबी आ प्रोफेट ओह कहिंदे आ शांति की आ रही है तुहाडे च हां तुहाडे घर च तुहाडियां जिंदगियां च बरकत आ रही शांति आ रही शांति आ रही रब ने साफ कहता जे मैं आवी तुहानूं बोलां खुदा तुहानूं शांति दे रहा खुदा तुहानूं शांति दे रहा खुदा तुहाडे घर च शांति लैके आ रहा बे घर वाला तां तुरिया ठेके ते घर वाली लड़के जान फिरदी बोलो हुण बोलो ओ नहीं अगली गल बोलो कि दसो शांति रहू आ जाओ ते मैं उदा ही मैं यसू दे नाम विच ब्लेस करदा तैनूं शांति पहला यसू दे नाम च इह वी गल कहो भाई तौबा कर ठेके वालों मुंह मोड़ बोतल भन की कर बोलो हां बोतल भन तो जे कि ओले कि पेंट दे कि कमीज के कोने च कि जर्दा कि बीड़ी लकोई है ना तो ओनू भी पैर थले मरोड़ सुटनी नहीं फिर चक लो शांति फिर आनी है पढ़ेंगे जरा जुर्मिया इदा ना सोचो फिर अपने को कह रहे हो खुदा का कलाम जुर्मिया की पुस्तक 14 अध्याय जरा जाओ थैंक यू लॉर्ड जीसस चौदवा अध्याय ओदा 13 वचन पढ़े तद मैं आख्या हाय प्रभु यहोवा वेख नवी का उन्होंने आखदे हसन ਫਿਰ ਤੁਸੀਂ ਤਲਵਾਰ ਨਾ ਵੇਖੋਗੇ ਕੋਈ ਟੈਨਸ਼ਨ ਨਹੀਂ ਕੁਛ ਨਹੀਂ ਹੋਣਾ ਤੁਹਾਡੇ ਖਿਲਾਫ ਤਲਵਾਰ ਨਹੀਂ ਦੇਖੋਗੇ ਨਾ ਤੁਹਾਡੇ ਲਈ ਕਾਲ ਹੋਵੇਗਾ ਹਾਂ ਤੁਸੀਂ ਭੁੱਖੇ ਨਹੀਂ ਮਰੋਗੇ ਬਲੈਸ ਹੋਣ ਜਾ ਰਹੇ ਹੋ ਹਾਂਜੀ ਸਗੋਂ ਮੈਂ ਤੁਹਾਨੂੰ ਇਸ ਥਾਂ ਵਿੱਚ ਸੱਚੀ ਸ਼ਾਂਤੀ ਦਿਆਂਗਾ ਹਾਂ ਕੀ ਕਹਿ ਰਹੇ ਹੈ ਤੁਸੀਂ ਪ੍ਰੋਫਿਟ ਕੀ ਕਹਿ ਰਹੇ ਆ ਇਸ ਦੇਸ਼ ਵਿੱਚ ਸੱਚੀ ਸ਼ਾਂਤੀ ਹਾਂ ਸੱਚੀ ਸ਼ਾਂਤੀ ਦੇਣ ਜਾ ਰਹੇ ਆ ਤੁਸੀਂ ਭੁੱਖੇ ਨਹੀਂ ਮਰੋਗੇ ਤੁਸੀਂ ਆ ਨਹੀਂ ਹੋਵੋਗੇ ਦੇਖੋ ਬੀਤੇ ਦਿਨਾਂ 'ਚ ਵੀ ਮੈਂ ਇੱਕ ਬੰਦੇ ਨਾਲ ਗੱਲ ਕਰ ਰਿਹਾ ਸੀ ਅੱਜ ਵੀ ਮੈਂ ਦੱਸਣਾ ਚਾਹੁੰਦਾ ਥ੍ਰੀ ਟਾਈਪ ਦੀ ਪ੍ਰੋਫੈਸੀ ਹੈ ਤਿੰਨ ਪ੍ਰਕਾਰ ਦੀ ਆ ਬਹੁਤ ਪ੍ਰਕਾਰ ਦੀ ਹੋ ਸਕਦੀ ਹੈ ਪਰ ਜੋ ਮੁੱਖ ਤੌਰ ਤੇ ਮੈਂ ਤਿੰਨ ਗੱਲਾਂ ਦੱਸਣਾ ਚਾਹੁੰਦਾ ਤੁਸੀਂ ਸਮਝ ਲਓ ਤਿੰਨ ਪ੍ਰਕਾਰ ਦੀ ਭਵਿੱਖਬਾਣੀ ਹੈ ਇੱਕ ਭਵਿੱਖਬਾਣੀ ਉਹ ਆ ਠੀਕ ਖੁਦਾ ਨੇ ਤੁਹਾਡੇ ਨਾਲ ਗੱਲ ਕੀਤੀ ਆ ਵੀ ਠੀਕ ਏਦਾਂ ਬੋਲ ਕਿਹਦੀ ਆਵਾਜ਼ ਸੁਣੀ ਬੋਲੋ ਕਿਹਦੀ ਆਵਾਜ਼ ਸੁਣੀ ਖੁਦਾ ਨੇ ਕਿਹਾ ਏਦਾਂ ਕਹਿਤੇ ਕਹਿੰਦੇ ਯਰਮੀਆਂ ਨੂੰ ਜੋ ਖੁਦਾ ਕਹਿੰਦਾ ਸੀ ਖੁਦਾ ਜੋ ਕਹਿੰਦਾ ਸੀ ਏਦਾਂ ਹੀ ਉਹ ਬੋਲਦਾ ਸੀ ਹਾਲੇਲੂਇਆ ਏਦਾਂ ਬੋਲਦਾ ਸੀ ਦੂਸਰੇ ਪ੍ਰਕਾਰ ਦੀ ਭਵਿੱਖਬਾਣੀ ਉਹ ਆ ਵਿਸ਼ਵਾਸ ਦੀ ਭਵਿੱਖਬਾਣੀ ਬੋਲੋ ਕਿਹੜੀ ਭਵਿੱਖਬਾਣੀ ਹਾਂ ਵਿਸ਼ਵਾਸ ਨਾਲ ਅਸੀਂ ਇਹ ਗੱਲ ਤੁਹਾਨੂੰ ਕਹਿ ਸਕਦੇ ਹਾਂ ਵੀ ਖੁਦਾ ਤੈਨੂੰ ਚੰਗਾ ਕਰੇਗਾ ਇਹ ਵਿਸ਼ਵਾਸ ਹੈ ਇਹ ਕੀ ਬੋਲੋ ਪਰ ਵਿਸ਼ਵਾਸ ਦੇ ਨਾਲ ਚੇਤਾਵਨੀ ਹੋਣੀ ਜ਼ਰੂਰੀ ਹੈ ਵਿਸ਼ਵਾਸ ਦੇ ਨਾਲ ਚੇਤਾਵਨੀ ਹੋਣੀ ਜ਼ਰੂਰੀ ਤੁਸੀਂ ਇਹ ਗੱਲ ਕਹਿ
बंद कर दे, बुरे काम करने बंद कर दे, चोरी करनी ठगी करनी बंद कर दे, लोगों को लुटना बंद कर दे। ये नहीं कहना क्यों, क्योंकि लुटन वाले लोगों को चंगे लुट के फिर भेंट भी चढ़ा देंगे। समझ आ गई गल? ते आपा कहना भी तू भी डबिया रहा, इधर भी हिस्सा आन दे ते उधर भी शोई। हाँ जी बोलो। ये नबी झूठ बोलते हैं, कहते बरकत मिलन जा रही है, तुम भुखमरी भी देखोगे, तुम इदा नहीं देखोगे, तुम इदा नहीं देखोगे। की होया? 13 आयत विच कहिंदा हाय प्रभु जी, यरमयाह कह रहा है, कहिंदा नबी तो उन्होंने यह गल कहिंदे सी, तलवार नहीं देखोगे, काल नहीं देखोगे, मैं तुहानू इस जगह च की देन जा रहा। हाँ झूठी नहीं, वाह कि शांति, ये तो वाकई शराबियां वाली सच्ची शांति। एक बार पी लेंगे तो कहना तसली हो जाती है, ये शांति है। अच्छा होता है पढ़ो जी। हाँ जी, यहोवा ने मैनू आख्या, रब ने गल की थी, नबी तेरा नाम लेके झूठे काम वा करते हैं। बोलो की करते हैं? झूठे काम वा, झूठे काम वा करते हैं, झूठे काम वा करते हैं। मैं सॉरी वापस आना चाहना तीन गलों से। पहली भविखबाणी कही है, खुदा ने गल की थी ते ठीक हो ही कलाम। दूसरी गल विश्वास की भविखबाणी, कादी भविखबाणी विश्वास ना। असि तो यह गल कह सकते हैं कि विश्वास कर, खुदा तेरे ते कृपा करन जा रहा है। हालेलुया। पर जे ओदे नाल चेतावनी नहीं है ते मोरला किदां दा जीवन जींदा है फिर ओदे आधार दे उत्ते है। तो मेरा विश्वास है ना, बोलो ये तो मेरा विश्वास है, पर मोरला जीवन किदां दा है गल ओदे ते भी डिपेंड है। जे ओ तौबा करता है तो फिर वो पूरी होगी, कई बार नहीं। तीसरी भविखबाणी है, आ काम जिहड़ा है ओदा ही कही जाना भी आउण दे। समझ आई नहीं गल? इदां दा काम भी चलदा। शांति नूं उड़ीकिया पर भलाई है नहीं, रोगता दे वेले लई वी पर वेखो हौल नहीं, हौल सी। हे यहोवा असीं अपना दुष्ट गुणा जाणदे हां, असीं अपने प्यो दादियां दी बलि नूं वी, क्यों जो असां तेरा पाप कीता। बिल्कुल मैं इहदे विचों थोड़ा जिहा समान लिया है। नबी कह रहे हैं शांति मिल रही है तुहाडे ते, आ रही है शांति, सच्ची शांति देऊंगी। खुदा कह रहा है, खुदा बोल रहा है, पर खुदा नहीं बोल रहा है, खुदा कहिंदा तलवार चलनी है, खुदा कहिंदा मैं सजा देनी है। ओ सही शब्द नहीं बोलदे ते अगे रिजल्ट की निकलिया। 19 आयत दे विच कहिंदे असीं भी उड़ीकिया पर आई, शांति नूं उड़ीकिया पर, बोलो आई। पर 20 आयत विच उह कहिंदे आ, कहिंदे अलोकता दे वेले नूं भी, मतलब कदों असीं चंगे होवांगे। एक रोग आ, एक अरोग आ, पर हौल ही हौल सी, घबराहट ही घबराहट सी। पर 20 आयत विच कहिंदा इस करके क्योंकि असीं दुष्टपुणा कीता, शांति कित्थों आऊगी। शराबा पीने, लड़ाई झगड़े करने, विचार गंदमंद, लुचपुना, बदकारियां जिंदगी जीनी, कहते शांति होगी। जे यसु मसीह वाली शांति लैनी है तो यसु मसीह दे अगे पापा की माफी मंगनी पैनी है, तौबा करनी पैनी है, फिर वो अंदर शांति आऊगी। फिर बाहर जो मर्जी हुंदा रवे। फिर पतरस, वही पतरस जिहड़ा तलवार चलाउंदा सी, क्यों? क्योंकि उहनूं योजना दा नहीं सी पता। प्रभु ने कहा तलवार नूं म्यान च कर, की गल है बोलो? कहिंदा जे मैं चाहवां ना ते 12 फौजां स्वर्ग च मेरे लई तैयार है। कोई अल्फाज दा इंतजार कर रही फौजां, पर क्यों? क्योंकि मैं खुदा दी योजना नूं पूरा करना जानदा। हालेलुया, जोर दी बोलो हालेलुया। फड़न आए चेले किनू रब दे? ओह कहिंदे नासरत नवासी यीशु नूं। प्रभु ने कहा मैं ही हाँ, ओही अल्फाज एको बारी प्रभु ने उस अंदाज च बोले। केड़े अंदाज च? ओ अंदाज
ਜਿਹੜਾ ਸਾਨੂੰ ਕੂਚ ਦੀ ਪੁਸਤਕ ਦੇ ਵਿੱਚ ਮਿਲਦਾ ਆ ਬਲ ਦੀ ਝਾੜੀ ਦੇ ਵਿੱਚੋਂ ਜਦੋਂ ਉਸ ਅੰਦਾਜ਼ ਚ ਪ੍ਰਭੂ ਨੇ ਬੋਲਿਆ ਉਹ ਪੁਰਖ ਕੇ ਪਿੱਛਾ ਨੂੰ ਹੋ ਕੇ ਡਿੱਗੇ ਫਿਰ ਉੱਠੇ ਪ੍ਰਭੂ ਨੇ ਕਿਹਾ ਕਹਿੰਦੇ ਲੱਭਦੇ ਆ ਫਿਰ ਨੋਰਮਲ ਅਵਸਥਾ ਚ ਪ੍ਰਭੂ ਨੇ ਕਿਹਾ ਮੈਂ ਇਹ ਹਾਂ ਉਹਦਾ ਕਾਰਨ ਪ੍ਰਭੂ ਦੱਸਣਾ ਚਾਹੁੰਦਾ ਸੀ ਕਿਸੇ ਦੀ ਜ਼ਰੂਰਤ ਨਹੀਂ ਆ ਕਿ ਮੈਨੂੰ ਹੱਥ ਪਾ ਜਾਵੇ ਪਰ ਮੈਂ ਆਪਣੀ ਇੱਛਾ ਨਾਲ ਜਾਣ ਦਿੰਦਾ ਤੇ ਉਹਨੂੰ ਵਾਪਸ ਯੋਜਨਾ ਨੂੰ ਜਾਣਦਾ ਸੀ ਪ੍ਰਭੂ ਉਹ ਸ਼ਾਂਤੀ ਪ੍ਰਭੂ ਤੁਹਾਨੂੰ ਦੇਣਾ ਚਾਹੁੰਦਾ ਹੈ ਆਮੀਨ ਜੋਤ ਬੋਲੋ ਹਾਲੇਲੂਯਾ ਤਦ ਕਰਕੇ ਲਿਖਿਆ ਕਿ ਸ਼ਾਂਤੀ ਨਬੀ ਕਹਿੰਦੇ ਸ਼ਾਂਤੀ ਆ ਪਰ ਸ਼ਾਂਤੀ ਹੈ ਅੱਛਾ ਦੱਸਿਆ ਕਿਉਂ ਨੀ ਸ਼ਾਂਤੀ ਆਓ ਫਿਰ ਪੜ੍ਹ ਜਾ ਅੱਗੇ ਵੀ ਚੱਲਾਂਗੇ ਨੌਵਾਂ ਅਧਿਆਇ ਚ ਜਾਵਾਂਗੇ ਜੀ ਇਹਦੇ ਯਰਮੀਆ ਨੌਵਾਂ ਅਧਿਆਇ ਕਿੱਡੋ ਜਰਾ ਪੰਜ ਵਚਨ ਤੋਂ ਪੜ੍ਹ ਦਿਓ ਜੀ ਹਰੇਕ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਹੈ ਕੋਈ ਸੱਚ ਨਹੀਂ ਬੋਲਦਾ ਉਹਨਾਂ ਕੁਛ ਸਿੱਧੀਆਂ ਗੱਲਾਂ ਆ ਰਹੀਆਂ ਜੀ ਕੋਲ ਹਾਂਜੀ ਬੋਲੋ ਸ਼ਾਂਤੀ ਕਿੱਥੋਂ ਆ ਜਾਓ ਹਰੇਕ ਬੰਦਾ ਆਪਣੇ ਗੁਆਂਢੀ ਨਾਲ ਕੀ ਕਰਦਾ ਬੋਲੋ ਹਾਂ ਹਰੇਕ ਬੰਦਾ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਤੇ ਕੋਈ ਵੀ ਸੱਚ ਲੈ ਮੂੰਹ ਤੇ ਜੈਮਸੀ ਕੀ ਪੈ ਰਹੀ ਹੋਰ ਸੁਣਾਓ ਕਿੱਦਾਂ ਪ੍ਰੇਜ਼ ਦ ਲਾਰਡ ਹੋਰ ਭਾਈ ਜੀ ਕਿੱਦਾਂ ਉੱਪਰ ਵਾਲਾ ਜਾਣਦਾ ਹੈ ਉੱਪਰ ਵਾਲਾ ਜਾਣਦਾ ਹੈ ਸਾਰੀਆਂ ਹੀ ਗੱਲਾਂ ਨੂੰ ਤੇਰੇ ਦਿਲ ਚ ਛੁਪੇ ਹੋਏ ਤੇਰੇ ਦਿਲ ਚ ਛੁਪੇ ਹੋਏ ਵਾਲਾ ਦਸ਼ਕਾਂ ਨੂੰ ਉੱਪਰ ਵਾਲਾ ਜਾਣਦਾ ਹੈ ਬੜੀ ਨਿਮਰਤਾ ਦੇ ਨਾਲ ਆਖੀ ਜੈ ਮਸੀਹ ਦੀ ਭਾਈ ਜੀ ਬੋਲੋ ਸਾਰੇ ਬੜੀ ਨਿਮਰਤਾ ਦੇ ਨਾਲ ਆਖੇ ਜੈ ਮਸੀਹ ਦੀ ਭਾਈ ਜੀ ਦਿਲ ਵਿੱਚ ਸੋਚੇ ਮੌਕਾ ਮਿਲ ਜਾਏ ਖਾਜਾ ਵਾਂਗ ਮਲਾਈ ਜੀ ਦਿਲ ਵਿੱਚ ਸੋਚੇ ਮੌਕਾ ਮਿਲ ਜਾਏ ਖਾਜਾ ਵਾਂਗ ਮਲਾਈ ਜੀ ਤੇਰੇ ਦਿਲ ਚ ਛੁਪੇ ਹੋਏ ਵਰਾਂ ਤੇ ਸ਼ਰਾਂ ਨੂੰ ਬੋਲੋ ਉੱਪਰ ਵਾਲਾ ਜਾਣਦਾ ਹੈ ਸੁਣੋ ਫਿਰ ਹੁਣ ਗੱਲ ਪਾਲਿਆ ਤਾਂ ਹੁਣ ਤੁਹਾਨੂੰ ਸਮਝ ਆ ਗਈ ਹੈ ਬੋਲੋ ਹਾਂਜੀ ਹੁਣ ਆਪਣੇ ਜੀਵ ਨੂੰ ਝੂਠ ਬੋਲਣਾ ਸਿਖਾ ਲਿਆ ਹੈ ਉੱਥੇ ਆਉਂ ਵਾਪਸ ਹਰੇਕ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਹੈ ਹਰੇਕ ਜਨ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਹੈ ਕੋਈ ਸੱਚ ਨਹੀਂ ਬੋਲਦਾ ਕੋਈ ਸੱਚ ਨਹੀਂ ਬੋਲਦਾ ਉਹਨਾਂ ਆਪਣੇ ਜੀਵ ਨੂੰ ਝੂਠ ਬੋਲਣਾ ਸਿਖਾ ਲਿਆ ਹੈ ਉਹਨਾਂ ਆਪਣੇ ਜੀਵ ਨੂੰ ਝੂਠ ਹੀ ਬੋਲਣਾ ਸਿਖਾਇਆ ਹੋਇਆ ਚੱਲਦੀ ਹੈ ਝੂਠ ਤੇ ਸੱਚ ਤੇ ਤਾਂ ਆੜੀ ਜਾਂਦੀ ਹੈ ਅੱਗੇ ਉਹ ਬਦੀ ਕਰਨ ਨਾਲ ਥੱਕ ਜਾਂਦੇ ਹਨ ਹਾਂਜੀ ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ ਹਾਂਜੀ ਅੱਗੇ ਧੋਖੇ ਦੇ ਕਾਰਨ ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ ਪਰਦੇ ਸ਼ਬਦ ਯਹੋਵਾ ਦਾ ਵਾਕ ਹੈ ਇਸ ਲਈ ਸੈਨਾ ਦਾ ਯਹੋਵਾ ਹੈ ਉਹ ਫਰਮਾਉਂਦਾ ਹੈ ਵੇਖੋ ਮੈਂ ਉਹਨਾਂ ਨੂੰ ਤਾਵਾਂਗਾ ਅਤੇ ਉਹਨਾਂ ਨੂੰ ਪਰਖਾਂਗਾ ਆਪਣੀ ਪਰਜਾ ਲਈ ਮੇਰੇ ਅੱਗੇ ਕਰਨ ਨੂੰ ਹੋਰ ਕੀ ਹੈ ਉਹਨਾਂ ਦੀ ਜੀਵ ਮਾਰ ਸੁੱਟਣ ਵਾਲਾ ਬਾਣ ਹੈ ਅੱਛਾ ਇਸ ਤਰ੍ਹਾਂ ਕਰੋ ਇਹਦੀ ਤੁਸੀਂ ਅੱਠ ਤੇ ਨੌ ਐਤ ਪੜੋ ਹਾਂਜੀ ਉਹਨਾਂ ਦੀ ਜੀਵ ਮਾਰ ਸੁੱਟਣ ਵਾਲਾ ਬਾਣ ਹੈ ਹਾਂਜੀ ਅੱਠ ਐਤ ਪੜਦੇ ਉਹਨਾਂ ਦੀ ਜੀਵ ਮਾਰ ਸੁੱਟਣ ਵਾਲਾ ਬਾਣ ਹੈ ਹਾਂ ਉਹ ਧੋਖੇ ਦੀ ਗੱਲ ਕਰਦੀ ਹੈ ਆਪਾਂ ਚਾਹੁੰਦੇ ਸ਼ਾਂਤੀ ਆ ਜਾਵੇ ਅੰਦਰ ਝੂਠ ਬੋਲਣ ਵਾਲਿਆਂ ਕੋਲ ਸ਼ਾਂਤੀ ਨਹੀਂ ਆਉਣੀ ਫਰੇਬ ਕਰਨ ਵਾਲਿਆਂ ਕੋਲ ਸ਼ਾਂਤੀ ਨਹੀਂ ਆਉਣੀ ਹਰੇਕ ਆਪਣੇ ਗੁਆਂਢੀ ਨੂੰ ਕੀ ਕਹਿੰਦਾ ਸ਼ਾਂਤੀ ਦਿੰਦਾ ਸ਼ਾਂਤੀ ਆਖਦਾ ਹੈ ਹਾਂਜੀ ਪਰ ਆਪਣੇ ਦਿਲ ਵਿੱਚ ਉਹ ਉਸਦੀ ਤਾੜ ਵਿੱਚ ਲੱਗਾ ਹੋਇਆ ਹੈ ਦਿਲ ਵਿੱਚ ਇਹ ਹੈ ਵੀ ਜੋ ਇਹਦੇ ਕੋਲ ਹੈਗਾ ਆ ਬੋਲੋ ਸਾਰੇ ਸਾਰੇ ਮੇਰੇ ਕੋਲ ਹੋਣਾ ਫਿਰ ਮਨ ਨੂੰ ਸ਼ਾਂਤੀ ਸੋਲਾਂ ਅਧਿਆਇ ਵਿੱਚ ਜਾਵਾਂਗੇ ਯਰਮੀਆ ਦੇ ਵਿੱਚ ਹੀ ਸੋਲਵਾਂ ਅਧਿਆਇ ਇਹਦਾ ਸਾਨੂੰ ਉੱਤਰ ਮਿਲਦਾ ਪੰਜਵੇਂ ਵਚਨ ਚ ਯਹੋਵਾ ਤਾਂ ਇਹੋ ਆਖਦਾ ਹੈ ਸਰਵ ਸ਼ਕਤੀਮਾਨ ਪਰਮੇਸ਼ਵਰ ਇਹੋ ਕਹਿੰਦਾ ਹੈ ਤੂੰ ਸੋਗ ਵਾਲੇ ਘਰ ਨਾ ਵੜ ਹਾਂ ਰੱਬ ਨੇ ਜਦੋਂ ਕ੍ਰੋਧ ਰੱਬ ਦਾ ਭੜਕਦਾ ਨਾ ਝੂਠੇ ਨਬੀ ਕਹਿੰਦੇ ਸ਼ਾਂਤੀ ਸ਼ਾਂਤੀ ਖੁਦਾ ਕਹਿੰਦਾ ਜੇ ਇਹਨਾਂ ਨੇ ਤੌਬਾ ਨਹੀਂ ਨਾ ਕੀਤੀ
ਤਾਂ ਮੈਂ ਇਹਨਾਂ ਤੇ ਬਿਪਤਾ ਘੱਲਣੀਆਂ ਤਾਂ ਕਹਿੰਦਾ ਤੈਨੂੰ ਵੀ ਜਾਣ ਦੀ ਲੋੜ ਹਾਂ ਕਹਿੰਦਾ ਸੋਗ ਵਾਲੇ ਘਰ ਨਹੀਂ ਬਣਨਾ ਹਾਂ ਨਾ ਵਿਰਲਾਪ ਲੈ ਜਾ ਇਹਨਾਂ ਲਈ ਰੋਣ ਦੀ ਲੋੜ ਨੀਗੀ ਨਾ ਵਿਰਲਾਪ ਲੈ ਜਾ ਨਾ ਉਹਨਾਂ ਨਾਲ ਲਈ ਰੋ ਨਾ ਉਹਨਾਂ ਦੇ ਲਈ ਰੋ ਹਾਂ ਰੋਣ ਦੀ ਜ਼ਰੂਰਤ ਨਹੀਂ ਹੈ ਰੱਬ ਨੇ ਦੁਆਵਾਂ ਕਰਨ ਤੋਂ ਵੀ ਰੋਕ ਦਿੱਤਾ ਕਹਿੰਦਾ ਇਹਨਾਂ ਲਈ ਰੋਣ ਦੀ ਨੀ ਲੋੜ ਇਹਨਾਂ ਦੇ ਲਈ ਰੋਣ ਦੀ ਲੋੜ ਨਹੀਂ ਹੈ ਹਾਂਜੀ ਕਿਉਂ ਜੋ ਇਸ ਕਾਜਾ ਤੋਂ ਮੈਂ ਆਪਣੀ ਸ਼ਾਂਤੀ ਲੈ ਲਈ ਹੈ ਮੈਂ ਆਪਣੀ ਸ਼ਾਂਤੀ ਕੀ ਕਰ ਲਈ ਇਹਨਾਂ ਤੋਂ ਅੱਗੇ ਅਰਥਾਤ ਆਪਣੀ ਦਇਆ ਅਤੇ ਰਹਿਮ ਜਵਾਬ ਹੈ ਆਪਣੀ ਦਇਆ ਆਪਣਾ ਰਹਿਮ ਆਪਣੀ ਸ਼ਾਂਤੀ ਕੀ ਕਰ ਲਈ ਇਹਨਾਂ ਤੋਂ ਲੈ ਲਈ ਚੀਜ਼ਾਂ ਦੇ ਆਦਾਨ ਪ੍ਰਦਾਨ ਦੇ ਨਾਲ ਸ਼ਾਂਤੀ ਨਹੀਂ ਉਹ ਸ਼ਾਂਤੀ ਨਹੀਂ ਜਿਹੜੀ ਅਸਲੀ ਸ਼ਾਂਤੀ ਪ੍ਰਭੂ ਤੁਹਾਨੂੰ ਦੇਣਾ ਚਾਹੁੰਦਾ ਆ ਉਹ ਤਦੇ ਮਿਲਣੀ ਆ ਜਦੋਂ ਅਸੀਂ ਤੌਬਾ ਕਰਨੀ ਆ ਉਹ ਲੋਕ ਕਦੋਂ ਮਿਲਣੀ ਆ ਕਿਹਨਾਂ ਨੂੰ ਸ਼ਾਂਤੀ ਆ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਵੇਲੇ ਸਵਰਗ ਦੂਤ ਉੱਤਰ ਕੇ ਆਏ ਲੂਕਾ ਦੂਸਰਾ ਅਧਿਆਇ ਦਾ 13 ਵਚਨ ਪੜੋ ਜਰਾ ਸਵਰਗ ਦੂਤ ਉੱਤਰ ਕੇ ਆਏ ਮੈਂ ਸਮਾਪਤੀ ਤੇ ਸਵਰਗ ਦੂਤ ਉੱਤਰ ਕੇ ਆਏ ਕੀ ਕਹਿੰਦੇ ਆ ਦੂਸਰਾ ਅਧਿਆਇ ਲੂਕ ਚੈਪਟਰ 2 ਵਰਸ 13 ਪਰਮੇਸ਼ਰ ਦੀ ਉਸਤਤ ਕਰਦਾ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ ਪਰਮ ਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਪਰਮ ਧਾਮ ਦੇ ਵਿੱਚ ਪਰਮੇਸ਼ਵਰ ਦੀ ਵਡਿਆਈ ਅਤੇ ਧਰਤੀ ਉੱਤੇ ਸ਼ਾਂਤੀ ਉਹਨਾਂ ਲੋਕਾਂ ਵਿੱਚ ਹਾਂ ਧਰਤੀ ਉੱਤੇ ਸ਼ਾਂਤੀ ਉਹਨਾਂ ਲੋਕਾਂ ਦੇ ਵਿੱਚ ਕਿਹਨਾਂ ਦੇ ਵਿੱਚ ਜਿਹਨਾਂ ਨਾਲ ਉਹ ਪ੍ਰਸੰਨ ਹੈ ਜਿਹਨਾਂ ਦੇ ਨਾਲ ਉਹ ਤੇ ਹੁਣ ਦੱਸੋ ਵੀ ਠੇਕੇ ਜਾਣ ਵਾਲਿਆਂ ਤੋਂ ਪ੍ਰਸੰਨ ਹੈ ਲੜਕੇ ਪੇਕੇ ਜਾਣ ਵਾਲਿਆਂ ਤੋਂ ਬੋਲੀ ਚਲੋ ਗੰਦਮੰਦ ਲੁਚਪੁਣੇ ਬਦਕਾਰੀਆਂ ਕਰਨ ਵਾਲਿਆਂ ਤੋਂ ਝੂਠ ਬੋਲਣ ਵਾਲਿਆਂ ਤੋਂ ਦੂਸਰਿਆਂ ਨੂੰ ਠੱਗਣ ਵਾਲਿਆਂ ਤੋਂ ਬੇਈਮਾਨੀ ਤੇ ਧੋਖੇ ਕਰਨ ਵਾਲਿਆਂ ਤੋਂ ਜਿਹੜੇ ਮੂੰਹ ਤੋਂ ਸ਼ਾਂਤੀ ਕਹਿੰਦੇ ਆ ਦਿਲ ਵਿੱਚ ਨਫ਼ਰਤ ਰੱਖੀ ਬੈਠੇ ਆ ਉਹਨਾਂ ਤੋਂ ਜਿਹੜੇ ਰੱਬ ਦੇ ਦਾਸਾਂ ਨਾਲ ਵੀ ਮੂੰਹ ਦੇ ਹੋਰ ਢੰਗ ਨਾਲ ਤਾਂ ਪਿੱਠ ਪਿੱਛੇ ਹੋਰ ਢੰਗ ਨਾਲ ਉਹਨਾਂ ਤੋਂ ਪ੍ਰਸੰਨ ਆ ਨਹੀਂ ਪ੍ਰਸੰਨ ਤੇ ਸ਼ਾਂਤੀ ਉਹਨਾਂ ਚ ਜਾਣੀ ਆ ਜਿਹਨਾਂ ਤੋਂ ਉੱਪਰ ਵਾਲਾ ਤਦ ਕਰਕੇ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਹਿੰਦਾ ਜਿਸ ਘਰ ਵਿੱਚ ਜਾਓ ਉਹਨਾਂ ਦੀ ਸਲਾਮਤੀ ਸੁੱਖ ਮੰਗੋ ਦੁਆ ਕਰੋ ਤੁਹਾਡੀ ਮੰਗੀ ਹੋਈ ਸ਼ਾਂਤੀ ਉਹਨਾਂ ਦੇ ਵਿੱਚ ਪਰ ਜੇ ਉਹ ਲਾਇਕ ਨਹੀਂ ਦਿਖਾਵੇ ਦੀ ਜ਼ਿੰਦਗੀ ਜਿਉਂਦੇ ਆ ਤੇ ਜਿਹੜੀ ਤੁਹਾਡੀ ਦੁਆ ਮੰਗੀ ਆ ਤੁਹਾਨੂੰ ਵਾਪਸ ਹਾਲੇਲੂਇਆ ਉੱਥੇ ਮੱਤੀ 10:13 ਨੂੰ ਜਦੋਂ ਪੜ੍ਹਦੇ ਉੱਥੇ ਗੱਲ ਪ੍ਰਭੂ ਨੇ ਅਗਲੀ ਗੱਲ ਬੋਲੀ ਹੈ ਕੀ ਬੋਲੀ ਆ ਕਿ ਜੇ ਉਹ ਤੁਹਾਨੂੰ ਕਬੂਲ ਨਾ ਕਰਨ ਫਿਰ ਕਿਹਾ ਤੁਹਾਡੀਆਂ ਗੱਲਾਂ ਨੂੰ ਨਾ ਸੁਣੋ ਪੜੋ ਬੇਟਾ ਉਸ ਗੱਲ ਨੂੰ ਉੱਥੇ ਵਾਪਸ ਜਾਓ ਮੱਤੀ 10 ਦੇ ਵਿੱਚ 10:13 ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹਨੂੰ ਪਹੁੰਚੇ ਜੇਕਰ ਉਹ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹਨੂੰ ਪਹੁੰਚੇ ਪਰ ਜੇ ਲਾਇਕ ਨਾ ਹੋਵੇ ਜੇਕਰ ਉਹ ਘਰ ਲਾਇਕ ਨਾ ਹੋਵੇ ਜ਼ਿੰਦਗੀ ਲਾਇਕ ਨਾ ਹੋਵੇ ਪਰਿਵਾਰ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜਾਵੇ ਹਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜਾਵੇ ਲਾਇਕ ਹੋਣਾ ਤੇ ਨਾ ਲਾਇਕ ਹੋਣ ਦਾ ਅਰਥ ਸਮਝਣਾ ਸੀ ਹਾਂਜੀ ਅਤੇ ਜੋ ਕੋਈ ਤੁਹਾਨੂੰ ਕਬੂਲ ਨਾ ਕਰੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਨਾ ਤੁਹਾਡੀਆਂ ਗੱਲਾਂ ਸੁਣੇ ਨਾ ਤੁਹਾਡੀਆਂ ਗੱਲਾਂ ਸੁਣੇ ਆਪਾਂ ਇੱਕ ਵਚਨ ਪੜਿਆ ਦੂਸਰਾ ਪਤਰਸ ਦੀ ਪਹਿਲੇ ਅਧਿਆਇ ਦੀ ਦੂਸਰੀ ਲਾਈਨ ਉੱਥੇ ਭੇਜਦਿਆ ਉਹ ਇੱਕੋ ਹੀ ਗੱਲ ਜਿੱਥੋਂ ਸਟਾਰਟਿੰਗ ਕੀਤਾ ਭੇਦ ਉਹੀ ਹੈ ਹਾਲੇਲੂਇਆ ਉੱਥੇ ਲਿਖਿਆ ਪ੍ਰਭੂ ਪਰਮੇਸ਼ਵਰ ਆਪਣੇ ਗਿਆਨ ਦੇ ਰਾਹੀਂ ਸਮਝੋ ਗੱਲ ਆਪਣੇ ਦੁਨੀਆਂ ਦੇ ਗਿਆਨ ਦੇ ਰਾਹੀਂ ਨਹੀਂ ਹਾਂ ਬੋਲੋ ਕਿਹਦੇ ਗਿਆਨ ਦੇ ਰਾਹੀਂ ਇਹ ਗਿਆਨ ਆ ਬੋਲੋ ਪ੍ਰਭੂ ਦਾ ਗਿਆਨ ਕਿਹੜਾ ਹੈ ਪ੍ਰਭੂ ਦਾ ਵਚਨ ਹਾਲੇਲੂਇਆ ਪ੍ਰਭੂ ਪਰਮੇਸ਼ਵਰ ਆਪਣੇ ਗਿਆਨ ਦੇ ਰਾਹੀਂ ਤੁਹਾਡੇ ਤੁਹਾਨੂੰ ਕਿਰਪਾ ਤੇ ਸ਼ਾਂਤੀ ਵੱਧ ਤੋਂ ਵੱਧ ਕਿਹਦੇ ਰਾਹੀਂ ਹੋਣੀ ਹੈ ਪ੍ਰਭੂ ਦੇ ਗਿਆਨ ਪ੍ਰਭੂ ਦੇ ਵਚਨ ਦੇ ਦੁਆਰਾ ਤੇ ਰੱਬ ਦੇ ਦਾਸ ਕੀ ਸੁਣਾਉਂਦੇ ਆ
ਜਿਹੜਾ ਜਦੋਂ ਘਰ ਚ ਜਾਣਾ ਦੁਆ ਤਾਂ ਕਰਨੀ ਆ, ਦੁਆ ਤੋਂ ਬਾਅਦ ਜਿਹੜਾ ਮੈਸੇਜ ਦਿੱਤਾ ਜਾਂਦਾ ਦਿੰਦਾ, ਜੇਕਰ ਉਸ ਕਲਾਮ ਨੂੰ ਆਪਣੀ ਜ਼ਿੰਦਗੀ ਚ ਰਸੀਵ ਨਹੀਂ ਕਰਨਗੇ ਤਾਂ ਫਿਰ ਜਿਹੜੀ ਦੁਆ ਕੀਤੀ ਆ ਉਹ ਵੀ ਤੁਹਾਡੇ ਕੋਲ ਹੀ ਵਾਪਸ ਆ। ਇਹਦਾ ਮਤਲਬ ਹੈ ਕਿ ਲਾਇਕ ਜੇ ਨਾ ਹੋ ਜੋਰ ਦੀ ਬੋਲੋ ਹਾਲੇਲੂਇਆ, ਬੋਲੋ ਹਾਲੇਲੂਇਆ, ਬੋਲੋ ਹਾਲੇਲੂਇਆ। ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਖੁਦਾ ਦੇ ਕਲਾਮ ਨੂੰ ਰਿਸੀਵ ਕਰਨਾ ਹੈ। ਜੇ ਖੁਦਾ ਦੇ ਕਲਾਮ ਨੂੰ ਰਿਸੀਵ ਕਰਕੇ ਤੁਸੀਂ ਐਨ ਦਾ ਸਪੋਰਟ ਆਪਣੀ ਜ਼ਿੰਦਗੀ ਨੂੰ ਬਦਲ ਲੈਣੇ ਆ। ਸੁਣੋ, ਜੱਕੀ ਨੇ ਸੱਚੀ ਤੌਬਾ ਕੀਤੀ, ਹਾਲੇਲੂਇਆ, ਔਰ ਨਾਲ ਹੀ ਯਿਸੂ ਨੇ ਮੋਹਰ ਲਾਤੀ, ਇਸ ਘਰ ਵਿੱਚ ਮੁਕਤੀ ਆਈ ਹੈ। ਬੋਲੋ ਕੀ ਆਈ ਹੈ? ਮੁਕਤੀ ਆਈ ਹੈ, ਕਿਉਂਕਿ ਇਹ ਵੀ ਅਬਰਾਹਮ ਦਾ ਪੁੱਤਰ ਹੈ। ਜੋ ਦੀ ਬੋਲੋ ਹਾਲੇਲੂਇਆ। ਜਦੋਂ ਸੱਚੀ ਤੌਬਾ ਕਰਨੀ ਆ ਫਿਰ ਮੁਕਤੀ ਵੀ ਆਉਣੀ ਆ, ਤਾਂ ਫਿਰ ਉਹਦੇ ਨਾਲ ਸ਼ਾਂਤੀ ਵੀ ਆਉਣੀ ਆ। ਜੋ ਦੀ ਬੋਲੋ ਹਾਲੇਲੂਇਆ। ਜੋਰ ਦੀ ਬੋਲੋ ਹਾਲੇਲੂਇਆ।